खडूर साहिब विखे बीती देर रात गुरुद्वारा साहिब दे ग्रंथी दा घर वापस आउंदे समय किसे अणपछाते व्यक्तियां ने तेजधार हथियारां नाल हमला करके लत वड़ दित्ती। जानकारी अनुसार 55 साला ग्रंथी सुखचैन सिंह रोज दी तरह गुरुघर तों ड्यूटी करके वापस आ रहा सी, जिस दौरान हमलावरां ने उस ते हमला कर दिता अते उस दी लत वड़ के नाल ही लै गए। इस संबंधी चौंकी खडूर साहिब दे इंचार्ज जतिंदर सिंह दा कहना है कि पुलिस वालों मामला दर्ज कर सीसीटीवी फुटेज खंगाली जा रही है। ਬਲਿੰਦਰ ਕੌਰ ਜੀ, ਜਿਹੜੀ ਰਾਤੀ ਘਟਨਾ ਘਟੀ ਹੈ, ਕੀ ਲੱਗਦੇ ਸੀ ਤੁਹਾਡੇ ਤੇ, ਕੀ ਨਾਮ ਸੀ ਉਹਨਾਂ ਦਾ? ਇਹ ਮੇਰੇ ਜੇਠ ਸਾਹਿਬ ਸੀਗੇ, ਮੇਰੇ ਪਿਓਾਂ ਬਰਾਬਰ ਹੀ ਸੀਗੇ। ਕੀ ਨਾਮ ਸੀ ਇਹਨਾਂ ਦਾ? ਸੁਖਚੈਨ ਸਿੰਘ। ਕੀ ਕੋਈ ਘਟਨਾ, ਕਿੱਥੇ ਡਿਊਟੀ ਕਰਦੇ ਸੀ? ਇਹ ਗੁਰਦੁਆਰਾ ਬਾਣੀਆਂ ਉਧਰੋਂ ਡਿਊਟੀ ਤੋਂ ਆਉਣ ਡਏ ਸੀਗੇ, ਕੋਈ ਅਣਪਛਾਤੇ ਵਿਅਕਤੀਆਂ ਨੇ ਉਹਨਾਂ 'ਤੇ ਹਮਲਾ ਕੀਤਾ, ਸਾਨੂੰ ਨਹੀਂ ਪਤਾ ਕੌਣ ਸੀ। ਕਿੰਨਾ ਕੁ ਨੁਕਸਾਨ ਹੋਇਆ ਉਹਨਾਂ ਦੇ ਸਰੀਰ ਦਾ? ਨੁਕਸਾਨ ਉਹਨਾਂ ਦੀ ਲੱਤ ਵੱਢ ਦਿੱਤੀ ਆ, ਉਹ ਲੈ ਗਏ ਨਾਲ ਹੀ, ਸਾਨੂੰ ਲੱਭੀ ਨਹੀਂ। ਪੁਲਿਸ ਆਈ ਸੀ ਮੌਕੇ ਦੇ ਬਾਅਦ? ਹਾਂਜੀ, ਪੁਲਿਸ ਆਈ ਸੀ। ਕੀ ਮੰਗ ਕਰਦੇ ਜੋ? ਅਸੀਂ ਇਹੋ ਮੰਗ ਕਰਦੇ, ਸਾਨੂੰ ਇਨਸਾਫ ਚਾਹੀਦਾ ਵਾ, ਸਾਨੂੰ ਕੁਛ ਨਹੀਂ ਚਾਹੀਦਾ ਹੋਰ। ਹਾਂਜੀ ਭੈਣ, ਕੀ ਨਾਂ ਤੁਹਾਡਾ ਜੀ? ਮਨਪ੍ਰੀਤ ਕੌਰ। ਮਨਪ੍ਰੀਤ ਜੀ, ਤੁਹਾਡੇ ਪਿਤਾ ਨਾਲ ਜਿਹੜੀ ਘਟਨਾ ਘਟੀ ਹੈ, ਕੀ ਘਟਨਾ ਘਟੀ ਹੈ ਜੀ? ਕਿੱਥੇ ਕੰਮ ਕਰਦੇ ਸੀ? ਗੁਰਦੁਆਰਾ ਬਾਣੀ ਦਾ। ਅੱਛਾ ਜੀ, ਕਿੰਨੇ ਕੁ ਵਜੇ ਦੀ ਘਟਨਾ ਹੈ? 7:45 ਵਜੇ। ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ? ਸਾਨੂੰ ਇੱਦਾਂ ਹੀ ਮੁੰਡਾ ਉੱਧਰ ਆਉਂਦਾ, ਉਹਨੇ ਦੇਖਿਆ, ਉਹਨੂੰ ਪਤਾ ਲੱਗਾ, ਸਾਨੂੰ ਫੋਨ ਹੀ ਆਇਆ ਘਰ। ਅਤੇ ਲੱਤ ਕੀ ਹੈ ਨਹੀਂ, ਨਾਲ ਹੀ ਲੈ ਕੇ? ਲੱਤ ਨਹੀਂ ਹੈਗੀ ਨਾਲ। ਕੀ ਮੰਗ ਕਰਦੇ ਹੋ? ਇਹ ਮੰਗ ਕਰਦੇ, ਸਾਨੂੰ ਇਨਸਾਫ ਚਾਹੀਦਾ ਵਾ। ਹਾਂਜੀ ਵੀਰ ਜੀ, ਕੀ ਨਾਂ ਤੁਹਾਡਾ? ਹਾਂਜੀ, ਮੇਰਾ ਨਾਂ ਹਰਬੰਸ ਭਾਈ। ਹਰਬੰਸ ਸਿੰਘ ਜੀ, ਕੀ ਲੱਗਦੇ ਸੀ ਤੁਹਾਡੇ? ਹਾਂਜੀ, ਮੇਰੇ ਜੀਜਾ ਜੀ ਲੱਗਦੇ। ਕੀ ਨਾਮ ਸੀ? ਹਾਂਜੀ, ਸੁਖਚੈਨ ਸਿੰਘ ਉਹਨਾਂ ਦਾ ਨਾਮ ਸੀ। ਉਹ ਗੁਰਦੁਆਰੇ ਇੱਥੋਂ ਰਹਿ ਰਾਸ ਕਰਕੇ ਆਉਣ ਡਿਆ ਸੀ ਬਾਣੀਓ, ਅਤੇ ਕੁਛ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਉਹਨਾਂ 'ਤੇ ਹਮਲਾ ਕੀਤਾ ਅਤੇ ਲੱਤ ਵੱਢ ਕੇ ਲੈ ਗਏ ਆ। ਅਤੇ ਕੀ ਲੱਗਦਾ, ਮਤਲਬ ਕੁਛ ਪਤਾ ਤੁਹਾਨੂੰ? ਨਹੀਂ, ਸਾਨੂੰ ਕੁਛ ਨਹੀਂ ਪਤਾ, ਪਤਾ ਨਹੀਂ ਕੌਣ ਆ, ਅਣਪਛਾਤੇ ਵਿਅਕਤੀ ਸੀ, ਕੋਈ ਪਤਾ ਨਹੀਂ ਆ, ਅਤੇ ਲੱਤ ਹੀ ਨਾਲੋਂ ਲਾਹ ਕੇ ਲੈ ਗਏ ਆ ਜੀ। ਅਤੇ ਹੁਣ ਕਿੱਥੇ ਹੈਗੇ ਬਾਬਾ ਜੀ? ਬਾਬਾ ਜੀ ਹੋਸਪਿਟਲ 'ਚ ਦਾਖਲ ਆ, ਉਹਨਾਂ ਦਾ ਯਾਨੀ ਕਿ ਇਲਾਜ ਚੱਲ ਰਿਹਾ ਵਾ। ਕੀ ਮੰਗ ਕਰਦੇ ਹੋ? ਮੰਗ ਇਹੋ ਕਰਦੇ ਹਾਂ ਕਿ ਸਾਨੂੰ ਇਨਸਾਫ ਚਾਹੀਦਾ ਵਾ, ਨਾ ਉਹਨਾਂ ਦਾ ਕਿਸੇ ਨਾਲ ਵੈਰ ਵਿਰੋਧ ਸੀ, ਆਪਣੇ ਵਧੀਆ ਮਿਹਨਤ ਕਰਦੇ ਸੀ, ਗੁਰਦੁਆਰੇ ਸਾਹਿਬ ਜਾਂਦੇ ਸੀ, ਗੁਰਦੁਆਰਾ ਸਾਹਿਬ ਗ੍ਰੰਥੀ ਡਿਊਟੀ ਕਰਦੇ। ਹਾਂਜੀ ਹਾਂਜੀ, ਗ੍ਰੰਥੀ ਦੀ ਡਿਊਟੀ ਕਰਦੇ ਸੀ। ਪੁਲਿਸ ਆਈ ਸੀ ਮੌਕੇ 'ਤੇ? ਹਾਂਜੀ, ਪੁਲਿਸ ਆਈ। ਹਾਂਜੀ ਸਰ, ਜਿਹੜੀ ਬੀਤੀ ਦੇਰ ਨਾਲ ਘਟਨਾ ਘਟੀ ਹੈ, ਕੀ ਸਰ ਹੁਣ ਤੱਕ ਕਾਰਵਾਈ ਕੀਤੀ ਜਾ ਰਹੀ ਹੈ? ਅਜੇ ਤੱਕ ਜਿਹੜਾ ਮਤਲਬ ਜ਼ਖਮੀ ਬੰਦਾ ਵਾ ਉਹ ਹੋਸਪਿਟਲ ਐਡਮਿਟ ਆ, ਅਜੇ ਤੱਕ ਕੋਈ ਵੀ ਉਹਨਾਂ ਨੇ ਵੱਲੋਂ ਸਟੇਟਮੈਂਟ ਨਹੀਂ ਲਿਖਾਈ ਗਈ ਅਤੇ ਹੋਸਪਿਟਲ ਅੰਮ੍ਰਿਤਸਰ ਸ਼ਾਇਦ ਕਿਸੇ ਪ੍ਰਾਈਵੇਟ ਹੋਸਪਿਟਲ ਦਾਖਲ ਨੇ, ਅਤੇ ਉੱਥੇ ਜਾ ਕੇ ਫਿਰ ਉਹਦੀ ਸਟੇਟਮੈਂਟ ਲੈਣ ਤੋਂ ਬਾਅਦ ਹੀ ਕੋਈ ਕਾਰਵਾਈ ਅਮਲ ਚਲਾਉਂਦੀ। ਪਰਿਵਾਰਕ ਮੈਂਬਰਾਂ ਨੇ ਦਰਖਾਸਤ ਦਿੱਤੀ ਕੋਈ? ਨਹੀਂ, ਦਰਖਾਸਤ ਕੋਈ ਨਹੀਂ ਦਿੱਤੀ, ਸਾਨੂੰ ਇੰਸੀਡੈਂਟ ਬਾਰੇ ਪਤਾ ਲੱਗਿਆ ਸੀ, ਅਸੀਂ ਹੁਣ ਮੌਕੇ 'ਤੇ ਪਹੁੰਚੇ ਹਾਂ, ਅਤੇ ਰਾਤ ਵੀ ਆਏ ਸੀ ਅਤੇ ਹੁਣ ਸਰਚ ਕਰ ਰਹੇ ਹਾਂ, ਸ਼ਾਇਦ ਕੋਈ ਕਲਿਊ ਮਿਲ ਜੇ, ਪਰ ਹੁਣ ਉਹਦੀ ਸਟੇਟਮੈਂਟ ਤੋਂ ਬਾਅਦ ਹੀ ਕੋਈ ਗੱਲ ਸਾਹਮਣੇ ਆ ਸਕਦੀ ਹੈ। ਕੀ ਨਾਮ ਸੀ ਹੈਗਾ ਵਿਅਕਤੀ ਦਾ? ਉਹਦਾ ਨਾਂ ਸੁਖਚੈਨ ਸਿੰਘ ਸੀ, ਉਰਫ ਚੰਨਾ, ਸਾਨੂੰ ਸ਼ੇਰ ਸਿੰਘ, ਖਡੂਰ ਸਾਹਿਬ ਦਾ ਰਹਿਣ ਵਾਲਾ ਸੀ। ਗੁਰਦੁਆਰਾ ਸਾਹਿਬ ਕਹਿੰਦੇ ਗ੍ਰੰਥੀ ਡਿਊਟੀ ਕਰਦਾ ਸੀ ਬਾਣੀਆਂ ਦੇ, ਸ਼ਾਇਦ ਗੁਰਦੁਆਰਾ ਸਾਹਿਬ ਬਾਣੀਆਂ ਕੋਈ ਡਿਊਟੀ ਕਰਦੇ, ਅਤੇ ਡਿਊਟੀ ਤੋਂ ਘਰ ਆਪਣੇ ਆ ਰਿਹਾ ਸੀ, ਰਸਤੇ 'ਚ ਕੋਈ ਕਿਸੇ ਕਿਸੇ ਅਨਨੋਨ ਬੰਦਿਆਂ ਨੇ ਸ਼ਾਇਦ ਉਹਨੂੰ ਮਾਰਿਆ, ਅਜੇ ਤੱਕ ਇਹ ਗੱਲ ਕਲੀਅਰ ਨਹੀਂ ਹੋ ਸਕੀ ਵੀ ਕਿਹੜੇ ਬੰਦੇ ਨੇ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਤੁਹਾਡੇ ਵੱਲੋਂ? ਹਾਂਜੀ, ਲਾਗੇ ਜਾ ਕੇ ਜਿੰਨੇ ਵੀ ਕੈਮਰੇ ਉਹਨਾਂ ਨੂੰ ਦੇਖ ਰਹੇ ਹਾਂ, ਅਤੇ ਜਿੱਥੇ ਇੰਸੀਡੈਂਟ ਹੋਇਆ ਵਾ ਉੱਥੇ ਵੀ ਅਸੀਂ ਸਰਚ ਕਰ ਰਹੇ ਹਾਂ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।